ਸਨੈਚਰਾਂ ਵੱਲੋਂ ਰਾਜਾਂ ਦੇ ਲੋਕਾਂ ਨਾਲ ਸ਼ਰੇਆਮ ਗੋਮਾਰ ਕੀਤੀ ਜਾਂਦੀ ਹੈ ਜਿਸ ਕਾਰਨ ਕਈ ਲੋਕ ਇਹਨਾਂ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਪਰ ਜਦੋਂ ਇਹਨਾਂ ਸਨੈਚਰਾਂ ਨੂੰ ਕੋਈ ਸਵਾ ਸਿਰ ਟੱਕਰ ਜਾਵੇ ਤਾਂ ਇਹਨਾਂ ਨੂੰ ਵੀ ਭੱਜਣਾ ਪੈ ਜਾਂਦੀਆਂ ਨੇ ਮਾਮਲਾ ਦਿੱਲੀ ਦੇ ਬਦਰਪੁਰ ਇਲਾਕੇ ਦਾ ਹੈ ਜਿੱਥੇ ਇੱਕ ਸਨੈਚਰ ਵੱਲੋਂ ਇੱਕ ਲੜਕੀ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਵਿੱਚ ਲੜਕੀ ਸਨੈਚਰ ਦਾ ਡਟ ਕੇ ਮੁਕਾਬਲਾ ਕਰ ਰਹੀ ਹੈ ਅਖੀਰ ਜਦੋਂ ਸਨੈਚਰ ਦੀ ਇੱਕ ਨਾ ਚੱਲੀ ਤਾਂ ਉਸ ਨੂੰ ਉੱਥੋਂ ਜਾਨ ਬਚਾ ਕੇ ਭੱਜਣਾ ਪੈ ਗਿਆ ਬਿਊਰੋ ਰਿਪੋਰਟ ਜਗਬਾਣੀ TV ਸਨੈਚਰਾਂ ਵੱਲੋਂ ਰਾਜਾਂ ਦੇ ਲੋਕਾਂ ਨਾਲ ਸ਼ਰੇਆਮ ਗੋਮਾਰ ਕੀਤੀ ਜਾਂਦੀ ਹੈ ਜਿਸ ਕਾਰਨ ਕਈ ਲੋਕ ਇਹਨਾਂ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਪਰ ਜਦੋਂ ਇਹਨਾਂ ਸਨੈਚਰਾਂ ਨੂੰ ਕੋਈ ਸਵਾ ਸਿਰ ਟੱਕਰ ਜਾਵੇ ਤਾਂ ਇਹਨਾਂ ਨੂੰ ਵੀ ਭੱਜਣਾ ਪੈ ਜਾਂਦੀਆਂ ਨੇ ਮਾਮਲਾ ਦਿੱਲੀ ਦੇ ਬਦਰਪੁਰ ਇਲਾਕੇ ਦਾ ਹੈ ਜਿੱਥੇ ਇੱਕ ਸਨੈਚਰ ਵੱਲੋਂ ਇੱਕ ਲੜਕੀ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਵਿੱਚ ਲੜਕੀ ਸਨੈਚਰ ਦਾ ਡਟ ਕੇ ਮੁਕਾਬਲਾ ਕਰ ਰਹੀ ਹੈ ਅਖੀਰ ਜਦੋਂ ਸਨੈਚਰ ਦੀ ਇੱਕ ਨਾ ਚੱਲੀ ਤਾਂ ਉਸ ਨੂੰ ਉੱਥੋਂ ਜਾਨ ਬਚਾ ਕੇ ਭੱਜਣਾ ਪੈ ਗਿਆ ਬਿਊਰੋ ਰਿਪੋਰਟ ਜਗਬਾਣੀ TV ਸਨੈਚਰਾਂ ਵੱਲੋਂ ਰਾਜਾਂ ਦੇ ਲੋਕਾਂ ਨਾਲ ਸ਼ਰੇਆਮ ਗੋਮਾਰ ਕੀਤੀ ਜਾਂਦੀ ਹੈ ਜਿਸ ਕਾਰਨ ਕਈ ਲੋਕ ਇਹਨਾਂ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਪਰ ਜਦੋਂ ਇਹਨਾਂ ਸਨੈਚਰਾਂ ਨੂੰ ਕੋਈ ਸਵਾ ਸਿਰ ਟੱਕਰ ਜਾਵੇ ਤਾਂ ਇਹਨਾਂ ਨੂੰ ਵੀ ਭੱਜਣਾ ਪੈ ਜਾਂਦੀਆਂ ਨੇ ਮਾਮਲਾ ਦਿੱਲੀ ਦੇ ਬਦਰਪੁਰ ਇਲਾਕੇ ਦਾ ਹੈ ਜਿੱਥੇ ਇੱਕ ਸਨੈਚਰ ਵੱਲੋਂ ਇੱਕ ਲੜਕੀ ਕੋਲੋਂ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਜਿਸ ਵਿੱਚ ਲੜਕੀ ਸਨੈਚਰ ਦਾ ਡਟ ਕੇ ਮੁਕਾਬਲਾ ਕਰ ਰਹੀ ਹੈ ਅਖੀਰ ਜਦੋਂ ਸਨੈਚਰ ਦੀ ਇੱਕ ਨਾ ਚੱਲੀ ਤਾਂ ਉਸ ਨੂੰ ਉੱਥੋਂ ਜਾਨ ਬਚਾ ਕੇ ਭੱਜਣਾ ਪੈ ਗਿਆ ਬਿਊਰੋ ਰਿਪੋਰਟ ਜਗਬਾਣੀ TV